पंजाब दे विच बहुत सारे अजिहे मुद्दे ने जे धीआं भैणां दी गल कर लईए आपां धीआं भैणां दे नाल बहुत ज़्यादा जातियां हुंदे जां फिर उन्हां धक्केशाहियां कह लो दाज दहेज प्रति तंग परेशान किया जाता। कहिंदे ने कि जे बंदी सिंह बाहर आउंदे ने तां पहला वर्ग वधिया माहौल हो जाएगा धीआं भैणां दे नाल धक्केशाही हुण हट जाणगीआं कि लगदा कि वाकई इदां दा माहौल हो सकदा है। देखो टाइम बहुत देखिआ उदों जिहड़ा आपां 90 दा 84 दौर तों पहुंच के 11 बंदे बराज जाणी ਇਹ ਸ਼ਾਇਦ ਤੁਸੀਂ ਛੋਟੇ ਹੋ ਗਏ ਅਸੀਂ ਤਾਂ ਚੀਜ਼ ਦੇਖੀਆਂ ਹੋਈਆਂ ਕਿ 11 ਬੰਦੇ ਬਰਾਜ ਜਾਣੀ ਆਂਡਾ ਮੀਟ ਸ਼ਰਾਬ ਨਹੀਂ ਕੋਈ ਦਾਜ ਨਹੀਂ ਦੇਣਾ ਉਹ ਉਹ ਟਾਈਮ ਇਸ ਤਰ੍ਹਾਂ ਦਾ ਉਦੋਂ ਮੇਰਾ ਖਿਆਲ ਕਿ ਧੀ ਭੈਣ ਦੁਖੀ ਵੀ ਨਹੀਂ ਸੀ ਹੈਗੀ ਅਤੇ ਹੁਣ ਇੱਕ ਅਸੀਂ ਨਾ ਸਾਡੇ ਪਿੰਡਾਂ ਪੁੰਡਾਂ 'ਚ ਨਹੀਂ ਸੀ ਹੁੰਦਾ ਇਹ ਆਮ ਸ਼ਹਿਰਾਂ ਸੁਣੀਦਾ ਸੀ ਕਿ ਤਲਾਕ ਹੋ ਗਿਆ ਬਹੁਤ ਘੱਟ ਅਤੇ ਹੁਣ ਜਿਹੜੀ ਪਿੰਡਾਂ 'ਚ ਹੁੰਦੇ ਰਹੀ ਆਮ ਜੀ ਝੁੱਲ ਗਈ ਹੁਣ ਸਾਡੇ ਵਿੱਚ ਨਾ ਆਪਣੇ ਪਿੰਡਾਂ ਦੇ ਵਿੱਚ ਵੀ ਆਮ ਦੇਖਦੇ ਫਲਾਨੀ ਕੁੜੀ ਹੋਇਆ ਕਿੰਨੇ ਸਾਲ ਹੋਇਆ ਗਿਆ ਤਲਾਕ ਹੋ ਗਿਆ 6 ਮਹੀਨੇ ਹੋ ਗਏ ਰੌਲਾ ਪੈ ਗਿਆ ਮਤਲਬ ਇਹ ਚੀਜ਼ਾਂ ਹੈਗੀਆਂ ਤਾਂ ਹੈ ਜੇ ਉਹ ਫਰਜ਼ ਕਰ ਲਓ ਮੈਂ ਚਲੋ ਸਿੰਘ ਵੀ ਨਹੀਂ ਇਹ ਗੱਲ ਕਰਦੇ ਇਹ ਕਾਨੂੰਨ ਇਸ ਤਰ੍ਹਾਂ ਬਣ ਸਕਦਾ ਨਾ ਕਾਨੂੰਨ ਬਣਾਉਣਾ ਕੋਈ ਵੱਡੀ ਗੱਲ ਇੱਕ ਕਾਨੂੰਨ ਬਣਾਉਣਾ ਹੁੰਦਾ ਇੱਕ ਕਾਨੂੰਨ ਨੂੰ ਚਲਾਉਣਾ ਹੁੰਦਾ ਹੈ ਨਾ ਇਹ ਦੋ ਚੀਜ਼ਾਂ ਹੁੰਦੀਆਂ ਹੁਣ ਜੇ ਕਾਨੂੰਨ ਹੀ ਬਣ ਸਕਦਾ ਦੇਖੋ ਜੀ ਇੰਨੀ ਬਰਾਜ ਜਾਣੀ ਹੈ ਇੰਨਾ ਖਰਚਾ ਕਰਨਾ ਇਹਦਾ ਵੱਧ ਕਰਨਾ ਜਾਂ ਕਰ ਵੀ ਹੋ ਸਕਦਾ ਜੇ ਸਰਕਾਰਾਂ ਚਾਹੁਣ ਤਾਂ ਹੋ ਸਕਦਾ। ਹਾਂਜੀ ਤੁਹਾਡੇ ਕਹਿਣ ਦੇ ਮੁਤਾਬਕ ਮਤਲਬ ਕਈ ਪਿੰਡਾਂ ਦੇ ਵਿੱਚ ਜੇ ਗੱਲ ਕਰੀਏ ਸ਼ਹਿਰਾਂ ਦੇ ਵਿੱਚ ਮਤਲਬ ਲੋਕਾਂ ਨੇ ਆਪਣੀਆਂ ਜਥੇਬੰਦੀਆਂ ਬਣਾ ਕੇ ਇਹ ਚੀਜ਼ਾਂ ਲਾਗੂ ਕਰ ਦਿੱਤੀਆਂ ਨੇ ਫਿਰੋਜ਼ਪੁਰ ਸ਼ਹਿਰ ਦੀ ਗੱਲ ਕਰ ਲਈਏ ਕਿਉਂਕਿ ਇੱਕ ਖਬਰ ਵੀ ਆਈ ਸੀ ਸਾਹਮਣੇ ਜਿੱਥੇ ਕਿ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਰੱਖ ਦਿੱਤੇ ਤੇ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਕੀ ਕਹਿਣਾ ਚਾਹੋਗੇ ਇਹਨਾਂ ਨੂੰ ਵਾਰ-ਵਾਰ ਵਿਵਾਦਾਂ ਦੇ ਵਿੱਚ ਲੈ ਕੇ ਆਇਆ ਜਾ ਰਿਹਾ ਕਿਉਂਕਿ ਉਹ ਨੌਜਵਾਨ ਪੀੜ੍ਹੀ ਨੂੰ ਚੰਗੇ ਪਾਸੇ ਲੈ ਕੇ ਜਾ ਰਹੇ ਨੇ ਪਰ ਉਹਨਾਂ ਨੂੰ ਫਿਰ ਵੀ ਕਦੇ ਉਹਨਾਂ ਦੇ ਵਿਆਹ ਦੇ ਉੱਤੇ ਵਿਵਾਦ ਕੀਤਾ ਜਾਂਦਾ ਕਦੇ ਉਹਨਾਂ ਦੇ ਕਿਸੇ ਬਿਆਨ ਦੇ ਉੱਤੇ ਵਿਵਾਦ ਖੜਾ ਕੀਤਾ ਜਾਂਦਾ ਕੀ ਲੱਗਦਾ ਵੀ ਆਖਿਰ ਕਿਉਂ ਉਹਨਾਂ ਨੂੰ ਵਾਰ-ਵਾਰ ਵਿਵਾਦਾਂ ਦੇ ਵਿੱਚ ਘੇਰਿਆ ਜਾ ਰਿਹਾ ਦੇਖੋ ਜੀ ਉਹਨਾਂ ਵਿਆਹ ਕਰਾਇਆ ਉਹਨਾਂ ਨਿੱਜੀ ਆਪਣਾ ਹਨਾ ਆਪਾਂ ਜੇ ਕਿਰਾਏ ਦਾ ਆਪਾਂ ਨੂੰ ਕਿੰਤੂ ਜਿਹਾ ਕਰਦਾ ਉਹ ਦੇਖੋ ਜੇ ਮੈਂ ਕੰਮ ਕਰਦਾ ਨਾ ਜਾਂ ਤੁਸੀਂ ਕਰਦੇ ਤੁਸੀਂ ਪੱਤਰਕਾਰਤਾ ਕਰਦੇ ਹੋ ਤੁਹਾਨੂੰ ਦੋਵੇਂ ਪੱਖ ਸੁਣਨ ਨੂੰ ਮਿਲਣੇ ਹਨ ਤੁਹਾਨੂੰ ਲੋਕਾਂ ਨੂੰ ਕੁਛ ਚੰਗਾ ਵੀ ਕਹਿਣਾ ਕੁਛ ਤੁਹਾਨੂੰ ਮਾੜਾ ਵੀ ਕਹਿਣਾ ਹੁਣ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੰਗਾ ਵੀ ਕਿਹਾ ਜਾ ਰਿਹਾ ਮਾੜਾ ਵੀ ਕਿਹਾ ਜਾ ਰਿਹਾ ਦੋਨੇ ਪੱਖਾਂ ਨਾਲ ਜੇ ਵਿਆਹ ਕਰਾਇਆ ਅਤੇ ਇੱਥੇ ਇਹ ਵੀ ਹੈ ਕਿ ਚਲੋ ਉਹਦਾ ਨਿੱਜੀ ਫੈਸਲਾ ਉਹਦਾ ਹੈ ਨਾ ਅਤੇ ਕੁਛ ਇਹ ਵੀ ਕਹਿ ਰਿਹਾ ਕਿ ਵਿਆਹ ਕਿਉਂ ਕਰਵਾਇਆ ਇਹ ਹਰ ਬੰਦੇ ਆਪਣੀ ਆਪਣੀ ਸੋਚ ਆ ਆਪਾਂ ਹਰ ਬੰਦੇ ਨੂੰ ਨਹੀਂ ਸਮਝਾ ਸਕਦੇ ਹਰ ਬੰਦੇ ਸੋਚਦਾ ਆਪਾਂ ਸਹਿਮਤ ਨਹੀਂ ਹੋ ਸਕਦੇ ਹਰ ਬੰਦੇ ਆਪਣੀ ਨਿੱਜੀ ਸੋਚ ਹੁੰਦੀ ਜਿੱਦਾਂ ਉਹ ਨੌਜਵਾਨਾਂ ਨੂੰ ਚੰਗੇ ਰਾਹ 'ਤੇ ਲੈ ਕੇ ਜਾਂਦੇ ਨੇ ਉਹਨਾਂ ਨੂੰ ਫਿਰ ਵੀ ਮਤਲਬ ਕਿ ਕਿਤੇ ਨਾ ਕਿਤੇ ਗਲਤ ਠਹਿਰਾਇਆ ਜਾ ਰਿਹਾ ਕਿਉਂਕਿ ਹਰ ਇੱਕ ਇਨਸਾਨ ਅੱਜ ਉਸ ਨੂੰ ਦੇਖ ਰਿਹਾ ਹੈਗਾ ਕਿ ਇੱਕ ਨੌਜਵਾਨੀ ਪੀੜ੍ਹੀ 'ਚ ਉੱਠ ਕੇ ਉਹ ਸਿੱਖ ਨੇਗੇ ਸਿੱਖ ਦਾ ਰੂਪ ਧਾਰਨ ਕੀਤਾ ਉਹਨਾਂ ਨੇ ਫਿਰ ਉਹ ਨੌਜਵਾਨਾਂ ਨੂੰ ਚੰਗੇ ਪਾਸੇ ਲੈ ਕੇ ਜਾ ਰਹੇ ਨੇ ਫਿਰ ਵੀ ਉਹਨਾਂ ਨੂੰ ਗਲਤ ਠਹਿਰਾਇਆ ਜਾਂਦਾ ਕਿਤੇ ਨਾ ਕਿਤੇ ਇਹ ਚੀਜ਼ਾਂ ਨੂੰ ਲੈ ਕੇ ਉਹਨਾਂ 'ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਸਿਵਸੈਨਾ ਵਾਲੇ ਇਹ ਵੀ ਕਹਿ ਰਹੇ ਨੇ ਕਿ ਉਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ। ਮੈਂ ਦੇਖਦਾ ਪਿਆ ਕੱਲ੍ਹ ਸਿਵਸੈਨਾ ਸ਼ਾਇਦ ਪੁਤਲਾ ਫੂਕਣ ਲੱਗੇ ਸੀ ਅੱਜ ਵੀਡੀਓ ਦੇਖਦਾ ਪਿਆ ਸੀਗਾ ਉਹ ਜਿਹੜੇ ਸਿਵਸੈਨਾ ਵਾਲਿਆਂ ਦਾ ਉਹਨਾਂ ਨੂੰ ਆਪਾਂ ਜੇ ਕਹੀਏ ਹਿੰਦੂ ਸਿੱਖ ਉਹ ਹਿੰਦੂ ਨਹੀਂ ਹੈਗੇ ਹਿੰਦੂ ਸਿੱਖ ਦਾ ਕੋਈ ਮਸਲਾ ਪੰਜਾਬ 'ਚ ਮੈਂ ਅਤੇ ਬੜੇ ਲੰਬੇ ਢਾਪ ਮੇਰੇ ਵੀਰ ਖੜੇ ਸਿਆਣੇ ਨਹੀਂ ਹੈਗਾ ਇਹ ਚੰਦ ਕੁ ਲੋਕ ਤਾਂ ਕਿਹੜੇ ਹੁੰਦੇ ਆ ਜਿਨ੍ਹਾਂ ਨੇ ਆਪਣੀ ਦੁਕਾਨ ਚਲਾਉਣੀ ਹੁੰਦੀ ਹੈ ਅਤੇ ਦੁਕਾਨ ਚਲਾਉਣ ਵਾਸਤੇ ਉਹ ਦੁਕਾਨ ਦੇ ਬਾਹਰ ਖੜੋ ਕੇ ਹੁੱਕਾ ਦਿੰਦੇ ਆ ਹੁੱਕਾ ਉਹ ਲੋਕ ਆ ਮੈਂ ਕਿਸੇ ਗੱਲ ਕਰਦਾ ਸੀ ਇਹਨਾਂ ਪੰਜਾਬ 'ਚ ਸਿਕਿਉਰਟੀ ਲੈਣਾ ਬੜਾ ਸਾਂਝਾ ਤਰੀਕਾ ਇੱਕ ਮੈਂ ਸਿਕਿਉਰਟੀ ਮੈਂ ਵੀ ਲੈਣੀ ਨਾ ਮੈਂ ਤੁਹਾਡੇ ਚੈਨਲ 'ਤੇ ਖਲੋ ਕੇ ਦੋ ਨਾਅਰੇ ਲਾਦਾ ਭਿੰਡਰਾਂ ਵਾਲਾ ਮੁਰਦਾਬਾਦ ਬਸ।